ਬਹੁਤ ਲੋਕ ਨਾ ਇੱਕ ਗੱਲ ਕਹਿੰਦੇ ਨੇ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਚ ਵੀ ਕੀ ਮੁੱਦੇ ਚੱਕਿਆ ਸਿੱਖਾਂ ਦੀ, ਕੋਈ ਗੱਲ ਨੀ ਕੀਤੀ। ਭਰਾਵੋ ਯਾਰ, ਬਾਈ ਸਿੱਧੂ ਮੂਸੇ ਵਾਲੇ ਲਈ ਜਿਹਨੇ ਨੇ ਜਿਹਦਾ ਗੋਲੀਆਂ ਮਾਰ ਕੇ ਜਵਾਹਰ ਕੇ ਸਾਨੂੰ ਪਤਾ ਕਤਲ ਕੀਤਾ, ਦੀਪ ਸਿੱਧੂ ਜਿਹੜਾ ਹਰਿਆਣੇ ਵਿੱਚ ਸ਼ਹੀਦ ਕੀਤਾ, ਉਹਨਾਂ ਲਈ ਹਮੇਸ਼ਾ ਪ੍ਰਧਾਨ ਸਾਹਿਬ ਬੋਲੇ ਨੇ, ਪਾਰਲੀਮੈਂਟ ਚ ਵੀ ਬੋਲੇ ਨੇ, ਉਹ ਵੀ ਜਿੱਥੇ ਵੀ ਮੌਕਾ ਮਿਲਦਾ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਖੜੇ ਨੇ। ਯਾਰ ਤੁਸੀਂ ਐਵੇਂ ਇੱਕ ਨੈਰੇਟਿਵ ਨਾ ਸਿਰਜੋ ਤਾਂ ਕਿ ਆਹ ਦੇਖੋ ਤੁਸੀਂ ਬਿਜਲੀ ਦਾ ਨਵੀਨੀਕਰਨ ਜਿਹੜਾ ਉੱਥੇ ਪ੍ਰੋਜੈਕਟ ਲਵਾਇਆ ਕਿੱਡਾ, ਬਰਨਾਲੇ ਹਸਪੀਟਲ ਦਾ ਦੇਖੋ ਕਿੱਡਾ ਵਧੀਆ ਪ੍ਰੋਜੈਕਟ ਲਿਆਂਦਾ ਉਹ, ਤੇ ਲੋਕਾਂ ਨੂੰ ਜਿਹੜੀਆਂ ਮੰਨ ਲਓ ਸਹੂਲਤਾਂ ਨੇ, ਬਿਜਲੀ ਤੁਸੀਂ ਦੇਖੋ ਵਧਣੀ ਘਟਣੀ ਬੰਦ ਹੋ ਜੂਗੀ, ਤੇ ਬਿਜਲੀ ਦੀਆਂ ਜਿਹੜੀਆਂ ਤਾਰਾਂ ਉੱਪਰ ਦੀ ਜਾਂਦੀਆਂ ਨੇ ਉਹ ਤਾਰਾਂ ਸਾਰੀਆਂ ਲਾ ਕੇ ਤੇ ਦੂਜੀਆਂ ਤਾਰਾਂ ਪਾ ਦਿੱਤੀਆਂ ਜਾਣਗੀਆਂ ਹਨਾ। ਆਪਾਂ ਨੂੰ ਯਾਰ ਐਵੇਂ ਨਾ ਤੁਸੀਂ ਕਿਹਾ ਕਰੋ, ਕੌਮ ਦਾ ਉਹ ਇੱਕ ਜਰਨੈਲ ਆ ਜਿਹੜਾ ਇੱਕੋ ਇੱਕ ਬੰਦਾ ਸਿੱਖਾਂ ਦੀ ਸਿਆਸਤ ਹੈ ਜਿਹੜੀ ਉਹ ਉੱਚੀ ਕਰਨ ਵਾਲਾ ਇੱਕੋ ਇੱਕ ਬੰਦਾ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਆ। ਹਰ ਦੇ ਹੱਕ ਹਰੇਕ ਜਿੱਥੇ ਧੱਕਾ ਹੋਇਆ ਹਰੇਕ ਥਾਂ ਉਹ ਬੋਲਿਆ, ਠੀਕ ਹੈ। ਬਾਕੀ ਜਿਹੜੀ ਗੱਲ ਹੈ ਵੀ ਮਾਨ ਸਾਹਿਬ ਦਾ ਅਸੀਂ ਬਾਈ ਫੁੱਲ ਸਪੋਰਟ ਕਰਾਂਗੇ, ਠੀਕ ਹੈ। ਜਿਹੜੇ ਵੀ ਨੌਜਵਾਨ ਹੋਰ ਵੀ ਸਾਰਿਆਂ ਨੂੰ ਬੇਨਤੀ ਆਈ, ਵੱਧ ਤੋਂ ਵੱਧ ਨੌਜਵਾਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ। ਇੱਕੋ ਇੱਕ ਲੀਡਰ ਆ ਬਾਈ ਸਟੈਂਡ ਆ ਜਿਹਦਾ, ਠੀਕ ਆ। ਬਾਕੀ ਨੇ ਬਥੇਰੀਆਂ ਪਾਰਟੀਆਂ ਬਦਲੀਆਂ, ਤੁਸੀਂ ਮਾਨ ਨੇ ਦੱਸੋ ਉਹ ਜਿੱਦਾਂ ਦਾ ਖੜਾ, ਭਾਵੇਂ ਕਿੰਨੀਆਂ ਹੀ ਵੋਟਾਂ ਪਈਆਂ, ਕਈ ਵਾਰ 1000 ਵੀ ਪਈ, ਭਾਵੇਂ ਘੱਟ ਵੀ ਪਈਆਂ, ਠੀਕ ਆ, ਹਾਰਦੇ ਵੀ ਬਹੁਤ ਵਾਰੀ ਰਹੇ ਨੇ, ਪਰ ਇੱਕੋ ਸਟੈਂਡ ਤੇ ਖੜਾ ਰਿਹਾ ਬੰਦਾ, ਤੇ ਜਿਹਨੇ DIG ਤੱਕ ਦੀਆਂ ਆਪਦੀਆਂ ਨੌਕਰੀਆਂ ਛੱਡੀਆਂ, ਪੈਰਾਂ ਦੇ ਨਹੁੰ ਖਿਚਾਏ ਯਾਰ, ਉਹ ਕੌਮ ਲਈ ਖਿਚਾਏ ਨੇ ਬਾਈ, ਉਹ ਕਿਸੇ ਹੋਰਾਂ ਲਈ ਨਹੀਂ ਖਿਚਾਏ। ਆਪਾਂ ਨੂੰ ਸਮਝਣ ਦੀ ਲੋੜ ਆ ਵੀ ਕੌਣ ਸਾਡਾ ਤੇ ਕੌਣ ਬਗਾਨਾ। ਇਹ ਟੋਪੀ ਵਾਲਿਆਂ ਨੇ, ਆਹ ਬਾਦਲ ਕਿਆਂ ਨੇ ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਸੁਰਾ ਮਾਰਿਆ, ਠੀਕ ਆ, ਆਹ ਟੋਪੀ ਵਾਲਿਆਂ ਨੇ ਕਿੰਨਾ ਤੁਹਾਨੂੰ ਪਤਾ ਵੀ ਆਪਣੇ ਭਰਾਵਾਂ ਤੇ NSA ਲਾ ਕੇ ਜੇਲ੍ਹ 'ਚ ਸਿੱਟੇ, ਸਿੱਧੂ ਮੂਸੇਵਾਲਾ ਮਰਵਾਇਆ, ਦੀਪ ਸਿੱਧੂ ਵਰਗੇ ਨੰਗਲ ਅੰਬੀਆਂ ਵਰਗੇ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਤੇ ਨਸ਼ੇ ਤੋਂ ਰਹਿਤ ਹੋਣ ਦੀ ਗੱਲ ਕੀਤੀ, ਉਹਨਾਂ ਨੌਜਵਾਨਾਂ ਦੇ ਧੱਕਾ ਕੀਤਾ। ਤੁਸੀਂ ਹੋਰ ਸਾਡੇ ਨਾਲ ਜਿੰਨੇ ਵੀ ਨੌਜਵਾਨ ਫੜ ਕੇ ਜੇਲ੍ਹਾਂ ਵਿੱਚ ਧੱਕ ਦਿੱਤੇ, ਕਿੰਨੇ ਹੀ ਅੰਮ੍ਰਿਤਸਰ ਜੇਲ੍ਹ 'ਚ ਬੈਠੇ ਨੇ ਯਾਰ। ਆਪਾਂ ਨੂੰ ਸਮਝਣਾ ਚਾਹੀਦਾ ਵੀ ਕੌਣ ਆਪਣਾ ਤੇ ਕੌਣ ਬਗਾਨਾ। ਮਾਨ ਨੇ ਕਦੇ ਵੀ ਜਿੱਥੇ ਧੱਕਾ ਹੋਇਆ ਹਮੇਸ਼ਾ ਬੋਲਿਆ ਯਾਰ, ਇੰਨੇ ਕੰਮ ਕੀਤੇ ਨੇ ਯਾਰ ਸੰਗਰੂਰ ਜ਼ਿਲ੍ਹੇ 'ਚ, ਫਿਰ ਵੀ ਤੁਸੀਂ ਯਾਰ ਜਾਣ ਬੁੱਝ ਕੇ ਇਹ ਮੀਡੀਆ ਵਾਲੇ ਵੀ ਜਾਣ ਬੁੱਝ ਕੇ ਨੈਰੇਟਿਵ ਸਰਜ ਰਹੇ ਨੇ। ਸਾਰੀ ਸਟੇਟ ਦਾ ਜ਼ੋਰ ਲੱਗਿਆ ਹੋਇਆ ਸਿਮਰਜੀਤ ਸਿੰਘ ਮਾਨ ਨੂੰ ਹਰਾਉਣ ਦਾ, ਭਾਵੇਂ ਉਹ ਅਕਾਲੀ ਹੋਣ, ਕਾਂਗਰਸੀ, ਚਾਹੇ ਇਹਨਾਂ ਨੂੰ ਇਕੱਠੇ ਹੋ ਕੇ ਹਰਾਉਣਾ ਪੈ ਜੇ, ਇਹਨਾਂ ਦਾ ਇੰਨਾ ਜ਼ੋਰ ਲੱਗਿਆ ਪਿਆਗਾ ਵੀ ਜੇ ਮਾਨ ਪਾਰਲੀਮੈਂਟ 'ਚ ਜਾਂਦਾ ਇਹ ਸਿੱਖਾਂ ਦੀ ਗੱਲ ਕਰਦਾ ਤੇ ਇੰਟਰਨੈਸ਼ਨਲ ਮੁੱਦਿਆਂ ਦੀ ਗੱਲ ਕਰਦਾ, ਜਿਹੜੇ ਭਾਵੇਂ ਸਾਡੇ ਬਾਹਰਲੇ ਦੇਸ਼ਾਂ 'ਚ ਸਾਡੇ ਭਰਾ ਮਾਰੇ ਗਏ ਉਹਨਾਂ ਦੀ ਵੀ ਗੱਲ ਕੀਤੀ ਆ, ਠੀਕ ਆ। ਹਰ ਥਾਂ ਉਹ ਕਿਹੜੀ ਜਗ੍ਹਾ ਯਾਰ ਜਿੱਥੇ ਮਾਨ ਨੇ ਸਿੱਖਾਂ ਦੇ ਨੌਜਵਾਨਾਂ ਦੀ ਗੱਲ ਨਹੀਂ ਕੀਤੀ। ਆਪਣੇ ਯੋਧੇ ਨੇ ਮੰਨ ਲਓ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕਿੰਨਾ ਸਾਥ ਦਿੱਤਾ ਨੇ, ਠੀਕ ਹੈ। ਸਾਰਿਆਂ ਨੂੰ ਸਮਝਣ ਦੀ ਲੋੜ ਹੈ, ਸਮਝਣਾ ਆਪਾਂ ਨੂੰ ਪਤਾ ਲੱਗ ਜੂ ਵੀ ਕੌਣ ਆਪਣਾ ਕੌਣ ਬਗਾਨਾ। 7.5 ਕਰੋੜ ਬੰਦੇ 7 ਕਰੋੜ ਰੁਪਇਆ ਆਇਆ ਸੀ ਸਾਰਾ ਕੱਲਾ ਕੱਲਾ ਲਾਤਾ, 80% ਪਾਰਲੀਮੈਂਟ 'ਚ ਉਹਦੀ ਹਾਜ਼ਰੀ ਆ, ਤੇ 2 ਕਰੋੜ ਨੂੰ ਠੀਕ ਹੈ ਸਰਕਾਰ ਨੇ ਸੈਂਟਰ ਗੌਰਮੈਂਟ ਨੇ ਖੁਸ਼ ਹੋ ਕੇ ਦਿੱਤਾ ਵੀ ਹਾਂ ਵੀ MP ਕੰਮ ਕਰ ਰਿਹਾ, ਸਾਰਾ ਪੈਸਾ ਲਾਤਾ, ਠੀਕ ਹੈ। ਬਾਕੀ ਪਿੰਡਾਂ 'ਚ ਜਿੰਨਾ ਵੀ ਸਹੂਲਤਾਂ, ਜਿੰਨੇ ਵੀ ਕੁਛ ਕਿਸੇ ਨੂੰ ਟਰਾਈ ਸਾਈਕਲ ਦਿੱਤੇ ਕਿੰਨੇ, ਠੀਕ ਆ, ਜਿਹੜੇ ਕੈਂਸਰ ਦੇ ਪੀੜਤ ਮਰੀਜ਼ ਸੀ ਉਹਨਾਂ ਦੀ ਇਲਾਜ ਲਈ MP ਨੇ ਜੇ ਉਹਦੇ ਤੇ MP ਕਹਿੰਦਾ ਸਾਈਨ ਕਰਦਾ ਤਾਂ ਉਹਦਾ ਇਲਾਜ ਹੋ ਜਾਂਦਾ, 3-3.5 ਲੱਖ ਰੁਪਇਆ ਮਿਲ ਜਾਂਦਾ ਯਾਰ, ਹੋਰ ਕੀ ਕਰਦੇ ਮਨ। ਕਦੇ ਕੋਈ ਸਿਕਿਉਰਿਟੀ ਨਹੀਂ ਰੱਖਦਾ, ਦੇਖਿਆ ਕੱਲ ਆਪਣੀ ਜੀਪ 'ਚ ਬੈਠੇ ਸੀ ਪ੍ਰਧਾਨ ਸਾਹਿਬ, ਦੇਖਿਆ ਕੋਈ ਗੰਨਮਾਨ ਹੈਗਾ ਸੀ ਕਿ ਨਾ, ਐਂ ਬਹਿ ਕੇ ਕੋਈ ਲੀਡਰ ਜਾ ਕੇ ਦਿਖਾਵੇ ਲੈ, ਚੈਲੇਂਜ ਇਹ ਗੱਲ ਦਾ ਵੀਰਾ, ਕੋਈ ਜੀਪ 'ਚ ਬਹਿ ਕੇ ਐਂ ਲੀਡਰ ਜਾ ਕੇ ਦਿਖਾਵੇ, ਲੋਕ ਬਈ ਸਿਰ ਝੁਕਾਉਂਦੇ ਨੇ, ਪਤਾ ਬਈ ਕੌਮ ਦਾ ਇੱਕੋ ਇੱਕ ਲੀਡਰ ਆ ਜਿਹੜਾ ਕਦੇ ਨਾ ਹੀ ਵਿਕਿਆ ਨਾ ਹੀ ਝੁਕਿਆ ਕਦੇ, ਤੇ ਨਾ ਹੀ ਕਦੇ ਵਿਕੂਗਾ। ਸਾਰਿਆਂ ਨੂੰ ਬੇਨਤੀ ਆ
ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ। ਮੀਡੀਆ ਵਾਲੇ ਜਿਹੜੇ ਸਟੇਟ ਦੇ ਹੱਥ ਹੱਥ ਕੰਡੇ ਬਣੇ ਬੈਠੇ ਆ, ਕੋਈ ਕੇਜੀ ਮੀਡੀਆ ਬਣਿਆ ਪਿਆ ਹਨਾ, ਆਪਾਂ ਨੂੰ ਪਤਾ ਹੈ। ਪਰ ਇਹਨਾਂ ਤੋਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਆਪਾਂ। ਆਪਾਂ ਮਾਨ ਸਾਹਿਬ ਦਾ ਸਾਰੇ ਨੌਜਵਾਨਾਂ ਨੇ ਵੱਧ ਤੋਂ ਵੱਧ ਸਾਥ ਦੇਣਾ। ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ।